ਇੱਕ ਪਾਸੇ ਤਾਂ ਸੂਬਾ ਸਰਕਾਰ ਆਪਣੀਆਂ ਨੀਤੀਆਂ ਕਰਕੇ ਪਿੰਡਾਂ ਦੀਆਂ ਸ਼ਾਮਲਾਟ ਦੀਆਂ ਜ਼ਮੀਨਾਂ ਨੂੰ ਆਪਣੇ ਕਬਜ਼ੇ ਵਿੱਚ ਲੈਣਾ ਚਾਹੁੰਦੀ ਹੈ। ਦੂਜੇ ਪਾਸੇ ਕੁਝ ਪੁਰਾਤਨ ਇਮਾਰਤਾਂ ਵੀ ਸਰਕਾਰ ਦੀਆਂ ਅਣਗਹਿਲੀਆਂ ਦਾ ਸ਼ਿਕਾਰ ਹੁੰਦੀਆਂ ਜਾ ਰਹੀਆਂ ਨੇ। ਇਸੇ ਤਰ੍ਹਾਂ ਹਲਕਾ ਜਲਾਲਾਬਾਦ ਦੇ ਵਿੱਚ ਸ਼ਹਿਰ ਦੀ ਇਕਲੌਤੀ ਬਚੀ ਇਤਿਹਾਸਕ ਇਮਾਰਤ 'ਤੇ ਕੁਝ ਲੋਕਾਂ ਵੱਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਜਲਾਲਾਬਾਦ ਦੀ ਪੁਰਾਣੀ ਸਬ ਤਹਿਸੀਲ ਕੰਪਲੈਕਸ ਦੀ ਇਮਾਰਤ, ਜੋ ਕਿ ਆਜ਼ਾਦੀ ਤੋਂ ਪਹਿਲਾਂ ਮਮਦੌੜ ਦੇ ਰਾਜੇ ਦਾ ਰਾਜ ਮਹਿਲ ਹੁੰਦਾ ਸੀ ਅਤੇ ਜਿਸ ਦੇ ਵਿੱਚ ਜਲਾਲਾਬਾਦ ਸ਼ਹਿਰ ਨੂੰ ਵਸਾਉਣ ਵਾਲੇ ਯੁਵਰਾਜ ਜਲਾਲੂਦੀਨ ਦਾ ਦਰਬਾਰ ਲੱਗਦਾ ਸੀ। ਮੈਨੂੰ ਇੱਥੇ ਮਤਲਬ ਜਦੋਂ ਮੈਂ ਦੇਖਿਆ ਵੀ ਇੱਥੇ ਬੰਦੇ ਘੁੰਮ ਕੰਪਲੈਕਸ ਦੇ ਵਿੱਚ ਆਣ ਪਛਾਤੇ ਬੰਦੇ ਘੁੰਮ ਰਹੇ ਜਿਹਨਾਂ ਨੂੰ ਮੈਂ ਜਾਣਦਾ ਨਹੀਂ, 27 ਤਰੀਕ ਨੂੰ ਜਦੋਂ ਮੈਂ ਦੇਖਿਆ ਕਿ ਵੀ ਇਹਨਾਂ ਨੇ ਖੋਲ੍ਹ ਕੇ ਆਪਣਾ ਪੁਰਾਣੀ ਤਸੀਲ ਦੇ ਦਰਵਾਜ਼ੇ ਤੋੜ ਤੋੜ ਕੇ ਅੰਦਰ ਵੜ ਗਏ ਅਤੇ ਇਹਦੇ ਸੰਬੰਧ ਮੈਂ SDM ਸਾਹਿਬ ਦੇ ਧਿਆਨ 'ਚ ਲਿਆਂਦਾ ਵੀ ਬੰਦੇ ਕੋਈ ਕਬਜ਼ਾ ਕਰ ਰਹੇ ਇਹਨਾਂ ਨੂੰ ਰੋਕਿਆ ਜਾਵੇ ਅਤੇ ਨਾਲ SHO ਸਿਟੀ ਨੂੰ ਚਿੱਠੀ ਦਿੱਤੀ। ਉਸ ਤੋਂ ਬਾਅਦ ਫਿਰ ਮੈਂ 2-3 ਦਿਨ ਦੇਖ ਕੇ ਵੇਟ ਕਰਨ ਤੋਂ ਬਾਅਦ 2 ਤਰੀਕ ਨੂੰ ਦੁਬਾਰਾ ਰਿਮਾਇੰਡਰ ਕੱਢਿਆ, ਕੋਈ ਕਾਰਵਾਈ ਕੋਈ ਨਹੀਂ ਸੀ ਹੋਈ। 2 ਤਰੀਕ ਨੂੰ ਕੋਈ ਪੰਜਾਬ ਪੁਲਿਸ ਦੇ ਇੱਕ ASI ਦੇ ਨਾਲ ਇੱਕ ਆਦਮੀ ਸੀ, ਉਹ ਆਏ, ਉਹ ਆਪਣਾ ਗੇੜਾ ਗੋੜਾ ਮਾਰ ਕੇ ਕੋਈ ਚਲ ਗਿਆ। ਉਹਨੇ ਪਤਾ ਨਹੀਂ ਅੱਗੋਂ ਨਹੀਂ ਦੱਸਿਆ ਨਹੀਂ ਕੀ ਕਾਰਵਾਈ, ਬੰਦਾ ਸਹੀ ਆ ਕੇ ਗਲਤ ਹੈ, ਅਜੇ ਤੱਕ ਸੈਲੋ ਬੈਠਾ। ਉੱਧਰ ਇਸ ਪੂਰੇ ਮਾਮਲੇ 'ਤੇ ਜਲਾਲਾਬਾਦ ਦੇ SDM ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਇਸ ਸਾਰੇ ਮਾਮਲੇ ਉੱਤੇ ਜਲਾਲਾਬਾਦ ਦੇ DSP ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਜੋ ਪੁਰਾਣੀ ਤਹਿਸੀਲ ਦੀ ਬਿਲਡਿੰਗ ਹੈ ਉਸਦੇ ਸੰਬੰਧ ਵਿੱਚ PWD ਡਿਪਾਰਟਮੈਂਟ ਵੱਲੋਂ ਸਾਡੇ ਕੋਲ ਲਿਖ ਕੇ ਆਇਆ ਸੀ ਕਿ ਉੱਥੇ ਕੋਈ ਬੰਦਾ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ, ਸੋ ਅਸੀਂ ਤੁਰੰਤ ਪਟਵਾਰੀ ਅਤੇ ਕਨਗੋ ਤੋਂ ਰਿਪੋਰਟ ਕਰਾਉਣ ਉਪਰੰਤ ਉਪ ਕਪਤਾਨ ਪੁਲਿਸ ਜਲਾਲਾਬਾਦ ਨੂੰ ਲਿਖ ਦਿੱਤਾ ਸੀ, ਜਿਸ 'ਤੇ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਉਹਨਾਂ ਨੇ ਉੱਥੇ ਮੌਕਾ ਦੇਖਿਆ ਅਤੇ ਕਬਜ਼ਾ ਕਰਨ ਤੋਂ ਜੋ ਬੰਦੇ ਸ਼ਰਾਰਤੀ ਅਨਸਰ ਕੋਸ਼ਿਸ਼ ਕਰ ਰਹੇ ਸਨ ਉਹਨਾਂ ਨੂੰ ਉੱਥੋਂ ਜੋ ਹੈ ਬਾਹਰ ਕਰ ਦਿੱਤਾ। ਇਸ ਦੇ ਸੰਬੰਧ ਵਿੱਚ ਇਹ ਦੱਸਣਯੋਗ ਹੈ ਕਿ ਉਹਨਾਂ ਬੰਦਿਆਂ ਦਾ ਕਹਿਣਾ ਹੈ ਕਿ ਸਾਡਾ ਕੋਰਟ ਦੇ ਵਿੱਚ ਕੋਈ ਮਾਨਯੋਗ ਅਦਾਲਤ ਦੇ ਵਿੱਚ ਕੋਈ ਮੁਕੱਦਮਾ ਚੱਲ ਰਿਹਾ ਹੈ, ਪਰੰਤੂ ਅਜੇ ਤੱਕ ਕੋਈ ਵੀ ਫੈਸਲਾ ਨਹੀਂ ਆਇਆ। ਜਦੋਂ ਤੱਕ ਕੋਈ ਫੈਸਲਾ ਨਹੀਂ ਆ ਜਾਂਦਾ ਉਸ ਟਾਈਮ ਤੱਕ ਉੱਥੇ ਕਿਸੇ ਨੂੰ ਵੀ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ। ਦੱਸ ਦਈਏ ਕਿ ਪਿਛਲੀ ਸਰਕਾਰ ਦੇ ਵੇਲੇ ਪੰਜਾਬ ਦੇ ਸਾਬਕਾ ਡਿਪਟੀ CM ਸੁਖਬੀਰ ਬਾਦਲ ਦੇ ਵੱਲੋਂ ਇਸ ਜਗ੍ਹਾ ਦੇ ਲਈ ਬਲੂਪ੍ਰਿੰਟ ਤਿਆਰ ਕੀਤਾ ਗਿਆ ਸੀ, ਜਿੱਥੇ ਇਸ ਇਮਾਰਤ ਨੂੰ ਰਿਪੇਅਰ ਕਰਕੇ ਮਿਊਜ਼ੀਅਮ ਬਣਾਉਣਾ ਸੀ, ਉੱਥੇ ਹੀ ਸ਼ਹਿਰ ਵਾਸੀਆਂ ਦੇ ਲਈ ਇੱਕ ਪਾਰਕ ਦਾ ਨਿਰਮਾਣ ਕੀਤਾ ਜਾਣਾ ਸੀ। ਜਲਾਲਾਬਾਦ ਤੋਂ ਰਵਿੰਦਰ ਤਨੇਜਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ।